ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੱਲ੍ਹ ਜਿੱਦਾਂ ਤੁਸੀਂ ਸਾਰਿਆਂ ਨੇ ਵੈਬੀਨਾਰ ਅਟੈਂਡ ਕੀਤਾ, ਉਸ ਵਿੱਚ ਮੈਂ ਵੀ ਤੁਹਾਡੇ ਨਾਲ ਸੀਗਾ ਅਤੇ ਮੈਂ ਤੁਹਾਡੇ ਸਾਰਿਆਂ ਦੀਆਂ ਗੱਲਾਂ ਸੁਣੀਆਂ। ਮੇਰਾ ਗੱਲਾਂ ਸੁਣਨ ਦਾ ਮਤਲਬ ਕੀ ਸੀਗਾ, ਵੈਸੇ ਤਾਂ ਵੈਬੀਨਾਰ ਇੱਕ ਘੰਟੇ ਦਾ ਸੀਗਾ, 1 ਆਵਰ ਦਾ ਇਹ ਸੀਗਾ ਵੈਬੀਨਾਰ, ਅਤੇ ਮੈਂ ਉਹਨੂੰ ਨਾਲ ਗੁਰਲੀਨ ਜੀ ਨਾਲ ਮੈਂ ਗੱਲ ਕੀਤੀ ਵੀ ਨਹੀਂ, ਆਪਾਂ ਵੈਬੀਨਾਰ ਦੇ ਵਿੱਚ ਸਾਰਿਆਂ ਦੀਆਂ ਪ੍ਰੋਬਲਮਾਂ ਸੁਣੀਆਂ, ਕਿਉਂਕਿ ਆਲਰੇਡੀ ਤੁਹਾਡੀਆਂ ਪ੍ਰੋਬਲਮਾਂ ਮੇਰੇ ਕੋਲ ਆ ਚੁੱਕੀਆਂ ਸੀਗੀਆਂ, ਮੈਂ ਤੁਹਾਡੀਆਂ ਸਾਰੀਆਂ ਪ੍ਰੋਬਲਮ ਰੀਡ ਕਰ ਲਈਆਂ ਸੀਗੀਆਂ। ਪਰ ਤੁਹਾਡੀ 75% ਸੇਮ ਪ੍ਰੋਬਲਮ ਸੀ ਸਾਰਿਆਂ ਦੀ, ਕਿਸੇ ਦਾ ਵੇਟ ਬਹੁਤ ਜ਼ਿਆਦਾ ਸੀਗਾ, ਹਾਰਮੋਨ ਇਮਬੈਲੈਂਸ ਸੀਗੇ, ਬਹੁਤ ਪ੍ਰੋਬਲਮ ਜਿਹਨਾਂ ਨੂੰ ਤੁਹਾਡੇ ਜੇ ਪਿਗਮੈਂਟੇਸ਼ਨ ਸੀਗੀ, ਜਿਹੜੀ ਤਾਂ ਰੋਜ਼ ਦੀ ਜ਼ਿੰਦਗੀ 'ਚ ਹੁੰਦਾ, ਉਹ ਕੀ ਸੀਗੀ ਆਪਣੇ ਇੱਕ ਅਨਹੈਲਦੀ ਲਾਈਫ ਸਟਾਈਲ, ਉਹ ਮੈਂ ਬਾਰ ਬਾਰ ਉਹੀ ਤੁਹਾਨੂੰ ਕਿਉਂ ਬੋਲਦਾ, ਮੈਂ ਕੱਲ੍ਹ ਤੁਹਾਨੂੰ ਵੈਬੀਨਾਰ 'ਚ ਵੀ ਇਹੀ ਬੋਲਿਆ ਸੀ, ਅੱਜ ਵੀ ਇਹੀ ਬੋਲਾਂਗਾ। ਜਿੰਨਾ ਤੱਕ ਆਪਣੇ ਆਪ ਨੂੰ ਅੰਦਰੋਂ ਹੀਲ ਨਾ ਕਰਾਂਗੇ, ਆਪਾਂ ਅੰਦਰੋਂ ਹੀਲ ਕਿੱਦਾਂ ਹੋਣਾ, ਜਿੰਨਾ ਤੱਕ ਤੁਸੀਂ ਨੈਚੁਰਲ ਡਾਇਟ ਵੀ ਫੋਲੋ ਕਰੋਗੇ, ਆਪਾਂ ਬਾਹਰ ਦੇ ਫੇਸ ਦੇ ਉੱਤੇ ਆਪਾਂ ਬਲੀਚ ਕਰਾ ਕੇ ਆ ਜਾਂਦੇ ਹਾਂ, ਉਹ 1 ਜਾਂ 2 ਘੰਟੇ ਡੇਲੀ ਤੁਹਾਡਾ ਫੇਸ ਬਹੁਤ ਚਮਕਦਾ ਹੈ, ਅਗਲੇ ਦਿਨ ਮਾਰਨਿੰਗ ਉੱਠੋ ਤੁਸੀਂ ਤੁਹਾਡਾ ਉਹ ਫੇਸ ਡੱਲ ਹੋਇਆ ਹੁੰਦਾ। ਕਿਉਂ ਹੋਇਆ ਹੁੰਦਾ? ਤੁਸੀਂ ਅੰਦਰੋਂ ਬਿਮਾਰ ਜੇ, ਅੰਦਰੋਂ ਕਿੱਦਾਂ ਸਹੀ ਹੋਣਾ ਤੁਸੀਂ? ਅੰਦਰੋਂ ਨੈਚੁਰਲ ਡਾਇਟ ਨਾਲ ਸਹੀ ਹੋਣਾ। ਅਤੇ ਮੈਂ ਸਾਰੀਆਂ ਭੈਣਾਂ ਨੂੰ, ਸਾਰੇ ਵੀਰਾਂ ਨੂੰ ਇਹੀ ਕਹਿਣਾ ਹੈ, ਜਿੰਨਾ ਤੱਕ ਤੁਸੀਂ ਹੈਲਦੀ ਲਾਈਫ ਸਟਾਈਲ ਨਹੀਂ ਬਣਾਓਗੇ, ਉਨਾ ਤੱਕ ਇਹ ਪ੍ਰੋਬਲਮਾਂ ਤੁਹਾਡੇ ਨਾਲ ਇੱਦਾਂ ਹੀ ਰਹਿੰਦੀਆਂ ਰਹਿਣਗੀਆਂ, ਤੁਹਾਡੇ ਨਾਲ ਹੀ ਚੱਲਣਗੀਆਂ। ਜਿੰਨਾ ਤੱਕ ਤੁਸੀਂ ਆਪਣੇ ਤੇ ਆਪਣੀ ਬਾਡੀ ਦੇ, ਤੁਸੀਂ ਜਿੰਨਾ ਟਾਈਮ ਇਨਵੈਸਟ ਕਰਨਾ ਹੈ ਨਾ, ਆਪਣੀ ਬਾਡੀ ਦੇ ਕਰੋ, ਅੰਦਰੋਂ ਠੀਕ ਕਰੋ ਬਾਡੀ। ਸਾਰੀ ਉਮਰ ਲਈ ਮੈਂ ਤੁਹਾਨੂੰ ਚੈਲੰਜ ਕਰਦਾ, ਸਾਰੀ ਉਮਰ ਕਦੀ ਮੈਡੀਸਨ ਨਹੀਂ ਖਾਓਗੇ। ਸਿਰ ਦਰਦ ਤੋਂ ਲੈ ਕੇ ਕੋਈ ਵੀ ਪ੍ਰੋਬਲਮ ਆ, ਤੁਹਾਨੂੰ ਬੈਕ ਪ੍ਰੋਬਲਮ ਆ, ਕੋਈ ਪ੍ਰੋਬਲਮ, ਕੱਲ੍ਹ ਸਾਰੀਆਂ ਤੁਹਾਡੀਆਂ ਪ੍ਰੋਬਲਮ ਸੁਣੀਆਂ, ਕਿਸੇ ਨੂੰ ਬੈਕ ਪ੍ਰੋਬਲਮ ਸੀਗੇ, ਹਾਰਮੋਨ ਇੰਬੈਲੈਂਸ ਸੀਗੇ, ਕਿਸੇ ਦੇ ਵਾਲ ਲੂਜ਼ ਹੋ ਰਹੇ ਸੀਗੇ, ਵਾਲ ਝੜ ਰਹੇ ਸੀਗੇ, ਕਿਸੇ ਦੇ ਸ਼ਾਈਆਂ ਸੀਗੀਆਂ, ਸਟਾਕ ਸੀਗੀਆਂ, ਕੀ ਸੀਗੀ? ਉਹ ਵੀਕਨੈਸ ਸੀਗੀ, ਤੁਹਾਡੇ 'ਚ ਲੇਜ਼ੀਪਨ ਆ ਚੁੱਕਾ ਹੈ। ਲੇਜ਼ੀਪਨ ਕਿੱਦਾਂ ਆ ਚੁੱਕਾ? ਸਵੇਰੇ ਤੁਸੀਂ ਉੱਠਦੇ ਹੋ, 2 ਘੰਟੇ ਕੰਮ ਕਰਦੇ ਹੋ, ਥੱਕ ਜਾਂਦੇ ਹੋ, ਸਰੀਰ 'ਚ ਜਾਨ ਨਹੀਂ ਰਹਿੰਦੀ, ਉਹ ਤੁਹਾਡੀ ਐਕਟੀਵਿਟੀ ਖਤਮ ਹੋ ਚੁੱਕੀ ਹੈ ਬੋਡੀ ਦੀ। ਉਹ ਕਿਉਂ ਹੋ ਚੁੱਕੀ ਆ? ਕਿਉਂਕਿ ਨੈਚੁਰਲ ਫੂਡ ਹੀ ਨਹੀਂ ਹੈ। ਜਦੋਂ ਨੈਚੁਰਲ ਫੂਡ ਨਹੀਂ ਹੈਗਾ, ਤੁਹਾਡੇ 'ਚ ਜਾਨਾਂ ਕਿੱਥੋਂ ਆ ਜਾਣਗੀਆਂ? ਨੈਚੁਰਲ ਫੂਡ ਆਪਾਂ ਸਾਰੀਆਂ ਚੀਜ਼ਾਂ 'ਤੇ ਜੋ ਪੈਸਟਾਸਾਈਜ਼ ਸਪਰੇ ਆ ਉਹੀ ਦਿਖਾ ਰਹੇ ਹਾਂ। ਅਗਰ ਤੁਹਾਨੂੰ ਕੋਈ ਗਾਈਡ ਵੀ ਕਰਦਾ ਹੈ, ਉਹ ਤੁਹਾਨੂੰ ਗਲਤ ਗਾਈਡ ਕਰ ਰਿਹਾ ਡਾਈਟੀਸ਼ਨ ਦੇ ਵੱਲੋਂ ਜਾਂ ਕਿੱਦਾਂ ਵੀ ਤੁਹਾਨੂੰ ਗਲਤ ਡਾਈਟ ਦੇ ਰਿਹਾ, ਤੁਸੀਂ ਤੁਹਾਨੂੰ ਇੰਨਾ ਹੀ ਨਹੀਂ ਪਤਾ ਕਿ ਤੁਹਾਨੂੰ ਪ੍ਰੋਟੀਨ ਲੈਣਾ ਹੈ, ਕਾਰਬਸ ਲੈਣੇ ਆ, ਕਿੰਨਾ ਫਾਈਬਰ ਲੈਣਾ ਹੈ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਫੋਲੋ ਕਰ ਲਿਆ, ਇਹਨਾਂ ਨੂੰ ਪਤਾ ਲੱਗਾ ਤੁਹਾਡੀ ਬਾਡੀ ਦੀ ਰਿਕੁਆਇਰਮੈਂਟ ਕੀ ਹੈ, ਤੁਸੀਂ ਜੜ੍ਹ ਤੱਕ ਪਹੁੰਚਣਾ ਆਪਣੀ ਬਾਡੀ ਦੇ ਵਿੱਚ, ਤੁਸੀਂ ਇਹ ਦੇਖਣਾ ਤੁਹਾਡੀ ਬਾਡੀ ਨੂੰ ਨੀਡ ਕੀ ਆ, ਪ੍ਰੋਟੀਨ ਦੀ ਆ, ਕਾਰਬਸ ਦੀ ਆ, ਫਾਈਬਰ ਦੀ ਆ। ਜਦੋਂ ਇਹ ਚੀਜ਼ਾਂ ਐਡ ਕਰਨਗੇ ਨਾ, ਤੁਸੀਂ ਮੇਰੇ ਕੋਲ ਵੀ ਨਹੀਂ ਆਓਗੇ, ਤੁਸੀਂ ਗੁਰਲੀਨ ਕੋਲ ਵੀ ਨਹੀਂ ਆਓਗੇ, ਤੁਸੀਂ ਖੁਦ ਦੇ ਡਾਕਟਰ ਖੁਦ ਬਣ ਜਾਓਗੇ। ਇਹ ਕਦੋਂ ਆ? ਕਿਉਂਕਿ ਸਾਰੀ ਉਮਰ ਬੰਦਾ ਸਿੱਖਦਾ ਰਹਿੰਦਾ ਹੈ। ਜੇ ਮੈਂ ਤੁਹਾਨੂੰ ਆਪਣਾ ਦੱਸਾਂ, ਮੈਂ 14-15 ਸਾਲ ਤੋਂ ਇਹੀ ਫਿਟਨੈਸ ਲਾਈਨ ਦੇ ਵਿੱਚ ਹਾਂ। ਮੈਂ ਬੜਾ ਛੋਟਾ ਸੀਗਾ, ਮੈਂ ਬੜੇ ਛੋਟੇ ਹੁੰਦੇ ਦੇ ਸ਼ੌਂਕ ਸੀਗਾ ਮੈਨੂੰ ਇਸ ਫਿਟਨੈਸ ਲਾਈਨ ਦਾ, ਪਰ ਮੈਨੂੰ ਕਿਸੇ ਨੇ ਸਹੀ ਗਾਈਡ ਨਹੀਂ ਕੀਤਾ ਸੀਗਾ। ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਮੈਨੂੰ ਪ੍ਰੋਬਲਮ ਵੀ ਹੋਈਆਂ, ਕਿਉਂਕਿ ਮੈਨੂੰ ਸਹੀ ਗਾਈਡੈਂਸ ਨਹੀਂ ਸੀਗੀ। ਜਦੋਂ ਸਹੀ ਗਾਈਡੈਂਸ ਨਾ ਹੋਵੇ, ਉਦੋਂ ਬੰਦਾ ਇਹਦੇ ਕੋਲ ਭੱਜਦਾ, ਉਹਦੇ ਕੋਲ ਭੱਜਦਾ, ਉਹਦੇ ਕੋਲ ਭੱਜਦਾ, ਉਹ ਤੁਹਾਨੂੰ ਸਾਰੇ ਰੋਂਗ ਹੀ ਮਿਲਦੇ ਆ। ਅਤੇ ਮੈਨੂੰ ਵੀ ਬਹੁਤ ਸਾਰੇ ਰੋਂਗ ਹੀ ਲੋਕ ਮਿਲੇ ਸੀਗੇ, ਬਹੁਤ ਜਣੇ। ਜਦੋਂ ਮੈਨੂੰ, ਮੈਂ ਥੱਕ ਗਿਆ ਸੀਗਾ ਆਪਣੀ ਲਾਈਫ ਦੇ ਵਿੱਚੋਂ ਵੀ ਯਾਰ ਮੈਂ ਬੋਡੀ ਬਣਾਉਣਾ ਚਾਹੁੰਦਾ, ਲੋਕ ਮੈਨੂੰ ਗਲਤ ਗਾਈਡ ਕਰ ਰਹੇ, ਮੇਰੇ ਕੋਲ ਪੈਸਾ ਲੈ ਰਹੇ, ਆਹ ਕਰ ਰਹੇ, ਪਰ ਮੈਨੂੰ ਰਿਜ਼ਲਟ ਵੀ ਨਹੀਂ ਮਿਲ ਰਿਹਾ ਸੀਗਾ। ਫਿਰ ਮੈਂ ਉਸ ਚੀਜ਼ ਦੇ ਉੱਤੇ ਮੈਂ ਖੁਦ ਸਟੱਡੀ ਕੀਤੀ ਆ, ਖੁਦ ਸਟੱਡੀ ਕਰਕੇ ਮੈਨੂੰ ਪਤਾ ਸੀਗਾ ਫਿਜ਼ੀਕਲ ਲੈਨ ਦੇ ਵਿੱਚ ਜੇ ਜਾਣਾ ਹੈ, ਤੁਹਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਨੂੰ ਪਤਾ ਹੋਣਾ ਜੇ ਤੁਹਾਨੂੰ ਕੀ ਪ੍ਰੋਬਲਮ ਆ। ਅਤੇ ਮੈਂ 14-15 ਸਾਲ ਤੋਂ ਇਹੀ ਲੈਨ ਦੇ ਵਿੱਚ ਆ, ਮੈਂ ਐਕਸਪੀਰੀਅੰਸ ਲਿਆ, ਜਿੰਨੇ ਐਕਸਪੈਰੀਮੈਂਟ ਸੀ ਮੈਂ ਆਪਣੀ ਬੋਡੀ ਦੇ ਉੱਤੇ ਕੀਤੇ ਆ, ਉਹੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ, ਉਹੀ ਤੁਹਾਡੇ ਸਾਹਮਣੇ ਆਇਆ। ਗੁਰਲੀਨ ਜੀ ਆ, ਉਹਨਾਂ ਨੂੰ ਵੀ ਮੈਂ ਜੋ ਮੇਰਾ ਐਕਸਪੀਰੀਅੰਸ ਸੀਗਾ ਉਹਨਾਂ ਨਾਲ ਮੈਂ ਸ਼ੇਅਰ ਕੀਤਾ, ਉਹਨਾਂ ਦੀ ਫਿਟਨੈਸ ਦੇਖ ਲਓ, ਉਹ ਵੀ ਹੁਣ ਤੁਹਾਨੂੰ ਸਾਰਿਆਂ ਨੂੰ ਫਿੱਟ ਕਰਵਾ ਰਹੇ ਆ ਗੁਰਲੀਨ ਜੀ। ਅਤੇ ਮੇਰਾ ਇੱਕੋ ਹੀ ਮੋਟਿਵ ਆ ਤੁਹਾਨੂੰ ਸਾਰੀਆਂ ਭੈਣਾਂ ਨੂੰ, ਅਗਰ ਜਿੰਨਾ ਤੱਕ ਤੁਸੀਂ ਸਟਰੋਂਗ ਨਹੀਂ ਹੋ ਗਈਆਂ, ਆਪਣਾ ਹੁਣ ਤੱਕ ਆਪਾਂ ਘਰ ਨਹੀਂ ਸੰਭਾਲ ਸਕਦੇ। ਘਰ ਕਿਉਂ? ਕਿਉਂਕਿ ਹਰ ਟਾਈਮ ਤੁਹਾਡੇ ਘਰ ਦੇ ਵਿੱਚ ਲੇਜ਼ੀ ਬਣ ਰਹੂਗਾ। ਜਦੋਂ ਤੁਸੀਂ ਐਕਟਿਵ ਹੋ ਗਈਆਂ ਨਾ, ਤੁਹਾਨੂੰ ਸਪੋਰਟ ਹੋਊਗੀ ਆਪਣੇ ਹਸਬੈਂਡ ਦੀ, ਆਪਣੀ, ਕਿਉਂਕਿ ਹਸਬੈਂਡ ਵੀ ਤੁਹਾਡਾ ਤਾਂ ਹੀ ਖੁਸ਼ ਹੋਊਗਾ ਜਦੋਂ ਤੁਸੀਂ ਉਹਨਾਂ ਹੈਲਦੀ ਰਹੋਗੇ, ਹੈਲਦੀ ਜੀਓਗੇ। ਕੋਈ ਵੀ ਕੰਮ ਕਰਨ ਜਾਓਗੇ ਤੁਸੀਂ ਇਹ ਥੋੜ੍ਹਾ ਨਾ ਕਹੋਗੇ ਮੈਨੂੰ ਦਵਾਈ ਚਾਹੀਦੀ ਆ, ਮੈਨੂੰ ਅੱਜ ਆਹ ਹੋ ਗਿਆ, ਮੈਨੂੰ ਉਹ ਹੋ ਗਿਆ, ਸਾਰਾ ਦਿਨ ਉਹਨੇ ਮਨਾ ਨਹੀਂ ਕਰਨਾ, ਉਹ ਵਿਚਾਰਾ ਦਵਾਈ ਲੈਣ ਚੱਲ ਜੂਗਾ ਤੁਹਾਡੇ ਨਾਲ, ਪਰ ਉਹ ਜੜ੍ਹ ਤੱਕ ਨਹੀਂ ਜਾ ਪਾ ਰਿਹਾ ਕਿਉਂਕਿ ਉਹਨੂੰ ਨੌਲੇਜ ਨਹੀਂ ਆ। ਜਾਂ ਤੁਹਾਡੇ ਹਸਬੈਂਡ ਨੂੰ ਨੌਲੇਜ ਹੋਣੀ ਚਾਹੀਦੀ ਆ, ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ, ਫਿਟਨੈਸ ਦੀ ਖਾਸ ਕਰਕੇ ਨੌਲੇਜ ਹੋਣੀ ਚਾਹੀਦੀ ਆ। ਅੱਜ ਅਗਰ ਆਪਾਂ ਫਿੱਟ ਆ, ਤਾਂ ਆਪਾਂ ਲੌਂਗ ਟਾਈਮ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ। ਅਤੇ ਮੇਰਾ ਇਹ ਛੋਟਾ ਜਿਹਾ ਮੈਸੇਜ ਇਹੀ ਆ, ਤੁਸੀਂ ਡਾਈਟ ਫੋਲੋ ਕਰੋ ਜਾਂ ਨਾ ਕਰੋ, ਪਰ ਆਪਣਾ ਮਾਈਂਡ ਸਟਰੋਂਗ ਬਣਾਓ। ਆਪਾਂ ਕਰਨਾ ਕੀ ਆ?
ਜਦੋਂ ਤੁਸੀਂ ਆਪਣੇ ਆਪ ਨੂੰ ਫੋਲੋ ਕਰ ਲਿਆ ਵੀ ਮੈਂ ਯਾਰ ਗੋਲ ਕਰ ਲਿਆ, ਆਪਣੇ ਆਪ 'ਤੇ ਫੋਕਸ ਕਰ ਲਿਆ ਵੀ ਮੈਂ ਆਪਣੇ ਆਪ ਨੂੰ ਫਿੱਟ ਕਰਨਾ, ਉਦੋਂ ਤੁਹਾਡੀ 'ਤੇ ਡੈਡੀਕੇਸ਼ਨ ਆਊਗੀ। ਡੈਡੀਕੇਸ਼ਨ ਆਉਣ ਦੇ ਨਾਲ ਤੁਸੀਂ ਡਾਇਟ ਵੀ ਫੋਲੋ ਕਰੋਗੇ, ਕਦੀ ਡਾਇਟ ਨਹੀਂ ਛੱਡੋਗੇ। ਜਦੋਂ ਤੁਹਾਨੂੰ ਰਿਜ਼ਲਟ ਮਿਲਣਾ ਸਟਾਰਟ ਹੋ ਗਿਆ, ਰਿਜ਼ਲਟ ਤੁਹਾਨੂੰ ਪਤਾ ਲੱਗਣਾ ਚਾਲੂ ਹੋ ਗਿਆ, ਤੁਹਾਡੀ ਬੋਡੀ ਦੇ ਅੰਦਰ ਕੁਛ ਜਾ ਰਿਹਾ, ਲੂਜ਼ ਹੋ ਰਿਹਾ, ਕਿਸੇ ਨੇ ਗੇਨ ਕਰਨਾ ਹੈ, ਕਿਸੇ ਨੇ ਲੂਜ਼ ਕਰਨਾ ਹੈ, ਕਿਸੇ ਨੇ ਐਕਟਿਵ ਹੋਣਾ ਹੈ, ਉਹ ਚੀਜ਼ਾਂ ਸਾਰੀਆਂ ਆਉਣੀਆਂ ਸਟਾਰਟ ਹੋ ਗਈਆਂ, ਡੈਫੀਨੇਟਲੀ ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਹੋਣੀ ਕਦੇ ਜ਼ਿੰਦਗੀ ਦੇ ਵਿੱਚ। ਦੇਖਿਓ ਤੁਹਾਡੇ ਅੰਦਰੋਂ ਕਿੰਨੀਆਂ ਬਿਮਾਰੀਆਂ ਰਿਵਰਸ ਹੋਣੀਆਂ ਜਿਹੜੀਆਂ ਤੁਸੀਂ ਇੰਨੇ ਚਿਰ ਦੀਆਂ ਮੈਡੀਸਨ ਖਾ ਖਾ ਕੇ ਆਪਣੇ ਆਪ ਨੂੰ ਇੱਥੋਂ ਤੱਕ ਪਹੁੰਚੇ ਹੋ। ਅਤੇ ਮੇਰਾ ਇਹੀ ਛੋਟਾ ਜਿਹਾ ਮੈਸੇਜ ਆ, ਕੱਲ੍ਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਲਾਈਵ ਆਵਾਂਗਾ 8 PM ਸੰਡੇ ਨੂੰ ਰਾਤ ਨੂੰ। ਜਿੰਨੀਆਂ ਪ੍ਰੋਬਲਮਾਂ ਹੋ ਤੁਹਾਡੀਆਂ ਹੈ ਉਹ ਮੈਨੂੰ ਆਪਣੇ ਮੈਸੇਜ ਦੇ ਥਰੂ ਮੈਨੂੰ ਦੱਸਿਓ, ਮੈਂ ਸੋਲਵ ਕਰੂੰਗਾ ਤੁਹਾਡੀਆਂ ਪ੍ਰੋਬਲਮ ਨੂੰ, ਉੱਥੇ ਸੋਲਵ ਕਰਨ ਦੀ ਕੋਸ਼ਿਸ਼ ਕਰੂੰਗਾ। ਅਤੇ ਥੈਂਕ ਯੂ, ਬਾਏ।